श्रोमणी अकाली दल के मेंबर पार्लियामेंट शेर सिंह वाया ने आज श्रोमणी अकाली दल की प्राथमिक सदस्य से इस्तीफा दे दिया। लड़ते रहे कि मैं पार्टी जो कढ़ा के साह लेना, वो बेचारे की उम्र नहीं रही, उदों तक तो मैं नहीं निकल सकिया। तो उस बाद डिप्टी सीएम साहब मैं आप जला लैके आया, तो मैनू पता नहीं सी भी मेरे नाल इस तरह का असर होएगा। तो उन्होंने अखीर अपने मकसद कामयाब हो गए, तो मैं अज ये जरा इस्तीफा है मैं अपनी पार्टी तो दिता है, क्योंकि 2 साल जरा दोबारा सरकार बनी है, 2 साल हो गया लगातार टाइम लंघता, एक भी किसी मीटिंग किसी थान पर पार्टी प्रधान ने मैं कहीं बुलाया तक नहीं, मतलब इन्नी को दे नफरत सी। तो मैं फिर यही समझा कि उत्तों चोणा जड़िया तो 2-4 दिन लान होता रह गया, तो मैं सोचा कि हूँ इस तो इस्तीफा दे देना चाहिए। ऐसा तुसी मनदे हो कि डिप्टी सीएम नू इत्थे अपने जलालाबाद तो इलेक्शन लड़ा के तुसी वाकई गलती कीती सी? वो तो सारा नू पता है जी, मैं तो आप मौत आपदी लैके आया, जो मैं तो 2009 विच उन्हां लैके आया, नहीं तो मैं तो स्मूथली लोगों की सेवा करदा सी कर जा रहा। वाया साहब, हुण तुसी कहड़ी पार्टी जाओगे? मैं हुण पार्टी अज रिजाइन कीता है, कल तक कोई ना कोई जिहड़ी कोई चंगी पार्टी मेरे नाल जिहड़ा कुछ सहयोग होगा ऑफर करनगे। तुसी किहनूं चंगी पार्टी समझदे हो? ਤੁਸੀਂ ਕਹਿ ਰਹੇ ਹੋ ਮੈਂ ਚੰਗੀ ਪਾਰਟੀ ਜਾਵਾਂਗਾ, ਕਿਹਨੂੰ ਚੰਗੀ ਪਾਰਟੀ ਸਮਝਦੇ? ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦਾ, ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ, ਪਰ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੇ ਪ੍ਰਧਾਨ ਜਿਹੜੇ ਉਹ ਹੁੰਦੇ ਆ, ਉਹ ਜਿਹੜੇ ਉਹਨਾਂ ਦੀ ਜਿਹੜੀ ਨੀਅਤ ਜਿਹਨਾਂ ਦੀ ਸਾਫ਼ ਹੋਵੇ ਉਹ ਚੰਗੇ ਆ, ਚੰਗੀ ਪਾਰਟੀਆਂ। ਇਹ ਵੀ ਪਤਾ ਲੱਗਿਆ ਤੁਸੀਂ ਕਾਂਗਰਸ 'ਚ ਜਾ ਰਹੇ ਹੋ? ਇਹ ਮੈਂ ਕਾਂਗਰਸ ਦਾ ਵੀ ਮੈਂ ਮੇਰਾ ਕਿਉਂਕਿ ਬੇਟਾ ਪਹਿਲਾਂ ਹੀ ਆਲਰੇਡੀ ਕਾਂਗਰਸ 'ਚ ਹੈ, ਅਤੇ ਮੈਂ ਹੁਣ ਬੇਟੇ ਦੇ ਕਹੇ 'ਤੇ ਵੀ ਅਸਰ ਤਾਂ ਮੈਨੂੰ ਉਹਦਾ ਵੀ ਕਰਨਾ ਪੈਣਾ। ਹੈਪੀ ਸਰ, ਜਿਹੜੀ ਆਪਣੀ ਜੁਆਇਨਿੰਗ ਹੋਏਗੀ ਹੁਣ ਕਿਸੇ ਸ਼ਰਤ ਦੇ ਨਾਲ ਹੋਏਗੀ? ਨਹੀਂ ਦੇਖੋ, ਜਿਹੜੀ ਮੇਰੀ ਜੁਆਇਨਿੰਗ ਹੈ ਮੈਂ ਸ਼ਰਤ ਨਾਲ ਕਦੇ ਵੀ ਕੋਈ ਬੰਦਾ ਨਹੀਂ ਜਾਂਦਾ, ਪਰ ਜਿਹੜਾ ਮੈਂ ਪਾਰਲੀਮੈਂਟ ਹਲਕਾ ਫਿਰੋਜ਼ਪੁਰ 'ਚ ਜਿਹੜੀ ਸੇਵਾ ਕੀਤੀ ਹੈ, ਮੇਰੇ ਵੋਟਰ ਮੇਰੇ ਸਪੋਰਟਰ ਜਿਹੜੇ ਹੈ ਉਹ ਮੈਨੂੰ ਜੋ ਹੁਕਮ ਕਰਨਗੇ ਉਹਦੇ ਮੁਤਾਬਕ। ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਬੜੀ ਦੇਰ ਤੋਂ ਅਣਦੇਖਾ ਕੀਤਾ ਜਾ ਰਿਹਾ ਸੀ, ਅਤੇ ਤੁਸੀਂ ਉਦੋਂ ਹੀ ਪਾਰਟੀ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ? ਕਿਉਂਕਿ ਤੁਸੀਂ ਚਾਹੁੰਦੇ ਸੀ ਵੀ ਦੁਬਾਰਾ ਇਲੈਕਸ਼ਨ ਹੋਵੇ ਅਤੇ ਉਹਦੇ ਵਾਸਤੇ ਮੈਨੂੰ ਕਰਨਾ ਪਏਗਾ, ਕਿਉਂ ਕਾਰਨ ਕੀ ਹੋ ਸੀ ਵੀ ਉਦੋਂ ਹੀ ਤੁਸੀਂ ਅਸਤੀਫਾ ਦੇ ਦਿੰਦੇ ਜਦੋਂ ਤੁਹਾਨੂੰ ਦੇਖਾ ਕਿ ਅੱਜ ਉਸ ਸਮੇਂ 'ਤੇ ਤੁਸੀਂ ਆ ਕੇ ਅਸਤੀਫਾ ਦਿੱਤਾ ਜਦੋਂ ਤੁਹਾਨੂੰ ਪਤਾ ਵੀ ਹੁਣ ਇਲੈਕਸ਼ਨ ਦੁਬਾਰਾ ਨਹੀਂ ਲੜਨਾ, ਹੁਣ ਤਾਂ ਨਵੀਂ ਤਰ੍ਹਾਂ ਹੀ ਹੋਏਗੀ? ਗੱਲ ਬਿਲਕੁਲ ਤੁਹਾਡੀ ਜਾਇਜ਼ ਹੈ, ਸਹੀ ਹੈ, ਗੱਲ ਸਹੀ ਹੈ ਬਿਲਕੁਲ ਤੁਹਾਡੀ, ਕਿ ਮੈਨੂੰ ਉਸ ਵੇਲੇ ਰਿਜਾਇਨ ਦੇ ਦੇਣਾ ਚਾਹੀਦਾ ਸੀਗਾ। ਮੈਂ ਉਸ ਵੇਲੇ ਵੀ ਰਿਜਾਇਨ ਦੇਣ ਲਈ ਮੈਂ ਕੁਛ ਮਨ ਬਣਾ ਲਿਆ ਸੀਗਾ, ਜਦੋਂ ਮੈਂ ਆਪਣੇ ਵੋਟਰਾਂ ਸਪੋਰਟਰਾਂ ਨਾਲ ਨਾਤਾ ਜੋੜਿਆ, ਉਹਨਾਂ ਨਾਲ ਮੀਟਿੰਗ ਕੀਤੀ, ਅਤੇ ਉਦੋਂ ਮੈਨੂੰ ਇਹਨਾਂ ਨੇ ਸਾਰਿਆਂ ਨੇ ਰੋਕਤਾ ਵੀ ਤੁਸੀਂ ਜਿਹੜਾ ਅਸਤੀਫਾ ਨਹੀਂ ਦੇਣਾ, ਕਿਉਂਕਿ ਜਦੋਂ ਮੇਰਾ ਪਾਰਲੀਮੈਂਟ ਦਾ ਦੂਜਾ ਇਲੈਕਸ਼ਨ ਹੋਇਆ ਉਦੋਂ ਮੇਰੇ ਸਪੋਰਟਰਾਂ ਅਤੇ ਵੋਟਰਾਂ ਨੇ ਮੈਨੂੰ ਜਿਤਾਇਆ ਸੀ, ਪਾਰਟੀ ਦੇ ਜਿਹੜੇ ਡਿਪਟੀ ਸੀ ਐੱਮ ਸਾਹਿਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿੰਨੀ ਟੀਮ ਸੀ ਮੇਰੀ ਪੂਰੀ ਡਟ ਕੇ ਨਾ ਵਿਰੋਧਤਾ। ਪਰ ਉਸ ਟਾਈਮ ਵੀ ਜਿਹੜੇ ਟਿਕਟ ਤਾਂ ਤੁਹਾਨੂੰ ਉਹਨਾਂ ਨੇ ਦਿੱਤੀ ਸੀ, ਜੇ ਸੁਖਬੀਰ ਸਿੰਘ ਬਾਦਲ ਨੇ ਤੁਹਾਡੀ ਵਿਰੋਧਤਾ ਕੀਤੀ, ਪਰ ਟਿਕਟ ਤਾਂ ਉਹਨਾਂ ਦੀ ਕੰਸੈਂਟ ਨਾਲ ਹੀ ਮਿਲੀ ਸੀ ਨਾ? ਇਹ ਉਹਨਾਂ ਦੀ ਉਹਨਾਂ ਨੂੰ ਪੁੱਛ ਲਓ ਕੀ ਮਜਬੂਰੀ ਸੀ, ਉਹਨਾਂ ਮੈਨੂੰ ਕਿਉਂ ਟਿਕਟ ਦਿੱਤੀ? ਮੇਰੀ ਟਿਕਟ ਇੱਕ ਅਨਾਊਂਸ ਕਰਕੇ 10,000 ਆਦਮੀਆਂ ਦੇ ਵਿੱਚ ਕਹਿ ਕੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਆਖਿਆ ਨਹੀਂ, ਇਹਨੇ ਆਪੇ ਅਨਾਊਂਸ ਕਰ ਲਈ, ਉਹਨੂੰ ਕੋਈ ਮਜਬੂਰੀ ਸੀ ਜਿਸ ਕਰਕੇ ਮੈਂ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ। ਫਿਰ ਜਦ ਜਿੱਤਣ ਤੋਂ ਬਾਅਦ ਮੈਂ ਲੋਕਾਂ ਦੀ ਸੇਵਾ ਕਰਨੀ ਸੀ, ਮੈਨੂੰ ਮੇਰੇ ਸਪੋਰਟਰਾਂ ਨੇ ਕਿਹਾ ਕਿ ਰਜਾਇਨ ਨਹੀਂ ਦੇਣਾ ਕਿਉਂਕਿ ਅਸੀਂ ਤੁਹਾਨੂੰ ਜਿਤਾਇਆ। ਐਮਪੀ ਸਾਹਿਬ, ਜੇ ਤੁਸੀਂ ਪਹਿਲਾਂ ਅਸਤੀਫਾ ਦਿੰਦੇ ਤਾਂ ਕੀ ਨੁਕਸਾਨ ਹੋਣਾ ਸੀ ਤੁਹਾਡਾ? ਮੇਰੀ ਮੈਂਬਰਸ਼ਿਪ ਜਿਹੜੀ ਸੀ ਉਹ ਪਾਰਲੀਮੈਂਟ ਮੈਂਬਰ ਤੋਂ ਮੈਂ ਚਲੇ ਜਾਣਾ ਸੀਗਾ, ਅਤੇ ਮੈਂ ਫਿਰ ਲੋਕਾਂ ਦੀ ਸੇਵਾ ਨਹੀਂ ਸੀ ਕਰ ਸਕਦਾ। ਮੋਗਾ ਦੇ ਵਿੱਚ ਜਿਹੜੀ ਰੈਲੀ ਹੋ ਰਹੀ ਹੈ 7ਵੀਂ ਰਾਹੁਲ ਗਾਂਧੀ ਜਾ ਰਹੇ ਨੇ, ਤੁਸੀਂ ਉੱਥੇ ਜੁਆਇਨ ਕਰ ਰਹੇ ਹੋ? ਦੇਖੋ ਮੈਂ ਅੱਜ ਰਿਜਾਇਨ ਕੀਤਾ ਜੀ, ਮੈਨੂੰ ਜੁਆਇਨ ਹੀ ਕਰਾਉਣਗੇ ਤਾਂ ਮੈਂ ਕਿਉਂ ਨਹੀਂ ਜਾਊਂਗਾ, ਜ਼ਰੂਰ ਜਾਊਂਗਾ। ਠੀਕ ਹੈ, ਥੈਂਕ ਯੂ।